ਰਿਹਾ ਤੁਸੀਂ ਮੈਂ ਹਾਂ ਸਿਮਰਨਜੋਤ ਸਿੰਘ। ਪੰਜਾਬ ਦੇ ਵਿੱਚ ਲਗਾਤਾਰ ਕਰੋਨਾ ਦੇ ਉੱਤੇ ਨੱਥ ਭਾਵੇਂ ਪਾਈ ਜਾਂਦੀ ਰਹੀ ਹੋਵੇ, ਪਰ ਹੁਣ ਵੱਡੀ ਖਬਰ ਆ ਰਹੀ ਹੈ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ, ਮਲੋਟ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਪੈਰਾਮਿਲਟਰੀ ਦਾ ਇੱਕ ਜਵਾਨ ਜੋ 15 ਤਰੀਕ ਨੂੰ ਪਿੰਡ ਆਇਆ ਸੀਗਾ ਮਲੋਟ ਦੇ ਨੇੜੇ, ਉਸ ਦਾ ਪਿੰਡ ਮਾਣੀਖੇੜਾ ਦੱਸਿਆ ਜਾ ਰਿਹਾ। ਇਸ ਪਿੰਡ ਦਾ ਨੌਜਵਾਨ ਜਿਹੜਾ ਪੈਰਾਮਿਲਟਰੀ CISF ਦੇ ਵਿੱਚ ਨੌਕਰੀ ਕਰਦਾ ਹੈ, ਜਵਾਨ ਪੋਜ਼ਿਟਿਵ ਪਾਇਆ ਗਿਆ। ਜੋ ਤਾਜ਼ਾ ਜਾਣਕਾਰੀ ਸਾਡੇ ਤੱਕ ਆ ਰਹੀ ਹੈ ਕਿ ਜਵਾਨ ਪੋਜ਼ਿਟਿਵ ਪਾਇਆ ਗਿਆ, ਹਾਲਾਂਕਿ ਬੀਤੇ ਦਿਨ ਦੱਸਿਆ ਜਾ ਰਿਹਾ ਸੀਗਾ ਕਿ ਮਲੋਟ ਜਿਹੜਾ ਸੀਗਾ ਉਸਨੂੰ ਜ਼ੀਰੋ ਘੋਸ਼ਿਤ, ਮਾਫ਼ ਕਰਨਾ, ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਹੀ ਪੂਰੇ ਨੂੰ ਕਰੋਨਾ ਮੁਕਤ ਘੋਸ਼ਿਤ ਕੀਤਾ ਗਿਆ ਸੀ। ਕੱਲ੍ਹ ਸ਼ਾਮ ਨੂੰ ਜਿਹੜੇ ਮਰੀਜ਼ ਸੀਗੇ ਉਹ ਠੀਕ ਹੋ ਗਏ ਸੀ, ਤਾਂ ਉਸ ਤੋਂ ਬਾਅਦ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਕਰੋਨਾ ਮੁਕਤ ਘੋਸ਼ਿਤ ਕਰ ਦਿੱਤਾ ਸੀਗਾ ਸ਼ਾਮ ਨੂੰ। ਪਰ ਅੱਜ ਸਵੇਰੇ ਖਬਰ ਆ ਰਹੀ ਹੈ ਕਿ ਮਾਣੀਖੇੜੇ ਦਾ ਇਹ ਰਹਿਣ ਵਾਲਾ CISF ਦਾ ਪੈਰਾਮਿਲਟਰੀ ਦਾ ਜਿਹੜਾ ਇਹ ਜਵਾਨ ਹੈਗਾ ਔਰ ਤਕਰੀਬਨ 32 ਸਾਲ ਇਸ ਦੀ ਉਮਰ ਹੈ, ਦਿੱਲੀ ਤੋਂ 15 ਤਰੀਕ ਨੂੰ ਇਹ ਜਵਾਨ ਜਿਹੜਾ ਘਰ ਆਇਆ ਸੀਗਾ ਆਪਣੇ, ਮਾਣੀਖੇੜੇ ਰਹਿੰਦਾ ਸੀਗਾ। ਮਾਣੀਖੇੜਾ ਪਿੰਡ ਮਸ਼ਹੂਰ ਪਿੰਡ ਹੈ, ਮਸ਼ਹੂਰ ਅਦਾਕਾਰ ਗੁੱਗੂ ਗਿੱਲ ਦਾ ਵੀ ਇਹ ਪਿੰਡ ਹੈਗਾ, ਤਾਂ ਮਾਣੀਖੇੜੇ ਦਾ ਰਹਿਣ ਵਾਲਾ ਸੀਗਾ। ਔਰ ਇਸ ਨੂੰ ਰੂਟੀਨ ਟੈਸਟ ਦੇ ਵਿੱਚ ਜਦੋਂ ਇਸਦਾ ਟੈਸਟ ਕੀਤਾ ਗਿਆ ਤਾਂ ਪੋਜ਼ਿਟਿਵ ਪਾਇਆ ਗਿਆ ਹੈਗਾ। ਔਰ ਹੁਣ ਫਿਰ ਤੋਂ ਇੱਕ ਵਾਰ ਮੁਕਤਸਰ ਸਾਹਿਬ ਜ਼ਿਲ੍ਹਾ ਜਿਹੜਾ ਉੱਥੇ ਇੱਕ ਮਰੀਜ਼ ਕਰੋਨਾ ਪੋਜ਼ਿਟਿਵ ਦੀ ਇਹ ਪੁਸ਼ਟੀ ਹੈ, ਇਹ ਪੈਰਾਮਿਲਟਰੀ ਦਾ ਇਹ ਜਵਾਨ ਹੈ ਜਿਹੜੀ ਇਹਨੂੰ ਪੋਜ਼ਿਟਿਵ ਹੋਣ ਦੀ ਪੁਸ਼ਟੀ ਜਿਹੜੀ ਹੈ ਹੋਈ ਹੈ। ਤਾਂ ਤਕਰੀਬਨ 65 ਮਰੀਜ਼ ਕੱਲ੍ਹ ਤੱਕ ਜਿਹੜੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਆਏ ਸੀਗੇ ਔਰ ਇਸ ਨੂੰ 65 ਦੇ 65 ਜਦੋਂ ਠੀਕ ਹੋਏ ਤਾਂ ਉਹਨਾਂ ਨੂੰ ਕਰੋਨਾ ਮੁਕਤ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਐਲਾਨ ਦਿੱਤਾ ਗਿਆ ਸੀਗਾ ਕੱਲ੍ਹ ਦੇਰ ਸ਼ਾਮ। ਪੰਜਾਬ ਦੇ ਵਿੱਚ ਹਰ ਰੋਜ਼ ਅਪਡੇਟਸ ਆ ਰਹੇ ਆ, ਇਸ ਤੋਂ ਪਹਿਲਾਂ ਪੰਜਾਬ ਦੇ 4 ਹੋਰ ਜ਼ਿਲ੍ਹਿਆਂ ਨੂੰ ਕਰੋਨਾ ਮੁਕਤ ਐਲਾਨਿਆ ਗਿਆ ਸੀ, ਪਰ ਜਿਵੇਂ ਹੁਣ ਦੁਬਾਰਾ ਤੋਂ ਇਹ ਟੈਸਟਿੰਗ ਦੀ ਪ੍ਰਕਿਰਿਆ ਵੀ ਜਾਰੀ ਹੈ, ਤਾਂ ਖਬਰ ਆਈ ਹੈ ਕਿ ਜਵਾਨ ਜਿਹੜਾ ਪੈਰਾਮਿਲਟਰੀ ਦਾ ਹੈ ਇਸ ਨੂੰ ਇਸਦੀ ਜਿਹੜੀ ਰਿਪੋਰਟ ਆਈ ਹੈ ਉਹ ਪੋਜ਼ਿਟਿਵ ਆਈ ਹੈ। ਸੋ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਵੱਡੀ ਖਬਰ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਹਾਂ ਕਿ ਪੈਰਾਮਿਲਟਰੀ ਦਾ ਇੱਕ ਜਵਾਨ ਹੈ, ਦਿੱਲੀ ਤੋਂ ਇਹ ਪੈਰਾਮਿਲਟਰੀ ਦਾ ਜਵਾਨ 15 ਤਰੀਕ ਨੂੰ ਪਿੰਡ ਆਇਆ ਸੀਗਾ ਮਾਣੀਖੇੜਾ ਪਿੰਡ, ਮਲੋਟ ਦੇ ਨੇੜੇ ਮਾਣੀਖੇੜਾ ਪਿੰਡ ਹੈ ਜਿੱਥੋਂ ਦਾ ਇਹ ਰਹਿਣ ਵਾਲਾ ਸੀਗਾ। ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਨੂੰ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਸ਼ਿਫਟ ਕਰ ਦਿੱਤਾ ਗਿਆ ਜਵਾਨ ਨੂੰ, ਔਰ ਇਹਦੇ ਨਾਲ ਹੀ ਨਾਲ ਇਸਦੇ ਪਰਿਵਾਰਕ ਅਤੇ ਸਕੇ ਸੰਬੰਧੀ ਜਿਨ੍ਹਾਂ ਦੇ ਨਾਲ ਇਸਦਾ ਮੇਲਜੋਲ ਹੋਇਆ ਵਾਪਸ ਆਉਣ ਤੋਂ ਬਾਅਦ, ਉਹਨਾਂ ਨੂੰ ਕੁਆਰੰਟਾਈਨ ਕਰਕੇ ਉਹਨਾਂ ਦੇ ਵੀ ਸੈਂਪਲ ਲਏ ਜਾ ਰਹੇ ਹੈ। ਔਰ ਪਿੰਡ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਨਾਲ ਇਹ ਜਵਾਨ ਸੰਪਰਕ ਦੇ ਵਿੱਚ ਆਇਆ ਉਹਨਾਂ ਦੀ ਡਿਟੇਲ ਬਣਾ ਕੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਸੈਂਪਲਸ ਲਏ ਜਾ ਰਹੇ ਆ ਤਾਂ ਜੋ ਇਸਦਾ ਹੋਰ ਫੈਲਾਅ ਨਾ ਹੋ ਸਕੇ। ਜੇ ਜਵਾਨ ਪੋਜ਼ਿਟਿਵ ਆਇਆ ਤਾਂ ਇਸ ਤੋਂ ਅੱਗੇ ਹੋਰ ਕੋਈ ਸ਼ਖਸ ਜਿਹੜਾ ਪੋਜ਼ਿਟਿਵ ਨਾ ਆ ਸਕੇ। ਸੋ ਲਗਾਤਾਰ ਅਸੀਂ ਅਪਡੇਟਸ ਕਰੋਨਾ ਦੇ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਤੁਹਾਡਾ ਸਵਾਲ ਜਿਹੜੇ ਨੇ ਤੁਸੀਂ ਉਹ ਸਵਾਲ ਵੀ ਸਾਨੂੰ ਕਰ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਸਵਾਲ ਵੀ ਰੱਖ ਸਕਦੇ ਹੋ ਔਰ ਅਸੀਂ ਕੋਸ਼ਿਸ਼ ਕਰਕੇ ਉਹ ਸਵਾਲਾਂ ਦੇ ਜਵਾਬ ਦੇਣ ਦੀ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ। ਅਸੀਂ ਕੱਲ੍ਹ ਤੱਕ ਦੀ ਜਿਹੜੀ ਰਿਪੋਰਟ ਸੀਗੀ ਕਰੋਨਾ ਦੀ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਤੱਕ ਦਾ ਜੋ ਅੰਕੜਾ ਸੀਗਾ ਉਹ ਕੀ ਕਹਿੰਦਾ ਸੀ। ਹਾਲਾਂਕਿ ਦੇਰ ਸ਼ਾਮ 65 ਦਾ ਜਿਹੜਾ ਅੰਕੜਾ ਸ਼੍ਰੀ ਮੁਕਤਸਰ ਸਾਹਿਬ ਦਾ ਸੀਗਾ ਉਸ ਤੋਂ ਬਾਅਦ ਜ਼ੀਰੋ ਹੋ ਗਿਆ ਸੀ ਮੁਕਤਸਰ ਸਾਹਿਬ ਜ਼ਿਲ੍ਹਾ। ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਖਾਸ ਤੌਰ 'ਤੇ ਸਖਤੀ ਰਹੀ ਹੈ, ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੰਪੈਰੇਟਿਵਲੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ DC ਜਿਹੜੇ ਨੇ ਬਾਕੀ ਜ਼ਿਲ੍ਹਿਆਂ ਦੇ ਨਾਲੋਂ ਜ਼ਿਆਦਾ ਥੋੜ੍ਹੇ ਸਖਤ ਰਹੇ ਨੇ। ਉਹਨਾਂ ਨੇ ਲੋਕਡਾਊਨ ਦੇ ਵਿੱਚ ਢਿੱਲ ਨਹੀਂ ਵਰਤਣ ਦਿੱਤੀ ਗਈ। ਹਾਲਾਂਕਿ ਜਦੋਂ ਕਟਾਈ ਦਾ ਸੀਜ਼ਨ ਸੀਗਾ, ਵਾਢੀ ਦਾ ਸੀਜ਼ਨ ਸੀਗਾ, ਤਾਂ ਉਦੋਂ ਕੁਛ ਇੱਕ ਦੁਕਾਨਾਂ ਜ਼ਿਲ੍ਹੇ ਦੇ ਵਿੱਚ ਜੋ ਖੇਤੀ ਦੇ ਨਾਲ ਸੰਬੰਧਿਤ ਲੋੜਵੰਦ ਸੀਗੀਆਂ ਉਹ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ, ਪਰ ਹੌਲੀ ਹੌਲੀ ਫਿਰ ਉਸ ਤੋਂ ਬਾਅਦ ਚੀਜ਼ਾਂ ਮੂਵ ਹੁੰਦੀਆਂ ਰਹੀਆਂ। ਪਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਕਮੈਂਟਸ ਵੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਔਰ ਆਪੋ ਆਪਣੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੋਂ ਸਾਡੇ ਨਾਲ ਸਾਂਝਾ ਵੀ ਕਰ ਸਕਦੇ ਹੋ ਔਰ ਸਵਾਲ ਵੀ ਕਰ ਸਕਦੇ ਹੈਗੇ ਹੋ। ਪਰ ਲਗਾਤਾਰ ਕਰੋਨਾ ਦੇ ਉੱਤੇ ਪੰਜਾਬ ਦੇ ਵਿੱਚ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰੋਨਾ ਦੇ ਮਾਮਲੇ ਜਿੰਨੇ ਸ਼ੁਰੂਆਤ ਦੇ ਵਿੱਚ ਆਏ ਸੀ ਵੱਡੀ ਗਿਣਤੀ ਦੇ ਵਿੱਚ, ਉਹ ਤਕਰੀਬਨ ਠੀਕ ਹੋਏ ਨੇ, ਲੋਕ ਘਰਾਂ ਨੂੰ ਵਾਪਸ ਗਏ ਨੇ। ਪੋਜ਼ਿਟਿਵ ਕੇਸਾਂ ਦੇ ਮਾਮਲੇ ਵੀ, ਕਈ ਖਬਰਾਂ ਆਈਆਂ ਕਿ ਕੁਛ ਪੋਜ਼ਿਟਿਵ, ਚਾਹੇ ਉਹ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਹੋਵੇ ਕਿ ਪੋਜ਼ਿਟਿਵਸ ਨੂੰ ਵੀ ਘਰ ਭੇਜਿਆ ਗਿਆ। ਉਸ ਤੋਂ ਬਾਅਦ ਲੁਧਿਆਣੇ ਤੋਂ ਵੀ ਕੁਛ ਖਬਰਾਂ ਸਾਹਮਣੇ ਆਈਆਂ। ਪਰ ਓਵਰਆਲ ਅੱਜ ਦੀ ਜੇਕਰ ਸਥਿਤੀ ਦੀ ਗੱਲ ਕਰੀਏ ਤਾਂ ਓਵਰਆਲ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਜਿਹੜਾ ਉਹਦੇ 'ਤੇ ਕੰਟਰੋਲ ਜਿਹੜਾ ਨਜ਼ਰ ਆ ਰਿਹਾ। ਹਾਲਾਂਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਜੋ ਤਿਆਰੀਆਂ ਰਹੀਆਂ ਜਾਂ ਉਹਨਾਂ ਦੇ ਵੱਲੋਂ ਜੋ ਐਫਰਟਸ ਕੀਤੇ ਗਏ ਉਹ ਬਹੁਤ ਅਨਸੈਟਿਸਫੈਕਟਰੀ ਰਹੇ ਹੈ। ਲੋਕ ਬਹੁਤ ਜ਼ਿਆਦਾ ਖੁਸ਼ ਉਹਨਾਂ ਤੋਂ ਨਹੀਂ ਰਹੇ, ਕੁਆਰੰਟਾਈਨ ਸੈਂਟਰਾਂ ਤੋਂ ਲੋਕ ਖੁਸ਼ ਨਹੀਂ ਰਹੇ, ਕੁਆਰੰਟਾਈਨ ਸੈਂਟਰਾਂ 'ਚ ਪ੍ਰੋਬਲਮਸ ਬਣੀਆਂ ਆਉਂਦੀਆਂ ਰਹੀਆਂ। ਪਰ
जो वड्डी खबर तुहाडे नाल सांझी कीती है कि माणीखेड़ा दा CISF दा पैरामिलिट्री दा इह जवान 32 साल उम्र इस जवान दी और ये मलोड़ दे नाल पैंदा माणीखेड़ा पिंड है जो कि मुक्तसर साहब जिले का पिंड है। ये पैरामिलिट्री का जवान 15 तरीक नूं ये वापस आया सीगा अपने घर दिल्ली तो और उस तो बाद रूटीन चैकअप दे विच ये पॉजिटिव पाया गया। पॉजिटिव पाने तो बाद हुण एक बार फिर तो मुक्तसर साहब जिला जिहड़ा जीरो हो गया सी जिसनूं करोना मुक्त एलानिया गया सी दोबारा तो मुक्तसर साहब जिले दे विच ये मामला सामने हुण आया तो हालांकि चिंता का विषय नहीं है पर फिर भी कोशिश हुंदी है सारे प्रशासन की हरेक ज़िले के प्रशासन की कि उन्हों का जिहड़ा ज़िला है वो करोना मुक्त होवे वो जीरो होवे। तो लगातार असी ये अपडेट्स लैके थोड़े तक आ रहे हैं कि पंजाब दे विच किस तरह के माहौल बने हैं पंजाब का की हालात बने हैं और बहुत सारिया खबरां करोना तो इलावा भी असी थोड़े तक नशर करते आए हैं। कमेंट बॉक्स के सवाल कर सकते हो तुसी जेकर कोई सवाल करना चाहते हो और असी कोशिश करांगे कि ये थोड़े तक असी पहुँचाने की कोशिश करिए और असी अपडेट भी ये जरूर लैन की कोशिश करांगे कि ये अपडेट की है क्योंकि साड़ी कोशिश है कि पंजाब दे सेहत अमले नूं असी लगातार क्वेश्चन करते रहिए क्योंकि लोगों की सेहत सहूलतों के नाल नाल लोग सैटिस्फैक्शन बड़ी लाजमी है। मलोड़ तो पत्रकार ने रोहित वो साढ़े नाल जुड़े ने। रोहित जी डेली पोस्ट से तुहाडा स्वागत है। रोहित जी की अपडेट है ये पैरामिलिट्री दे जवान दा दस्या जा रहा है कि पॉजिटिव आए ने? हाँ जी, ना पिंड माणीखेड़ा दा वासी सी जी, 15 तरीक नूं ये दिल्ली तो मलोट आया पिंड आया सी आपदे ਤੇ ਉਸ ਤੋਂ ਬਾਅਦ ਜਦੋਂ ਇੱਕ ਰੂਟੀਨ ਦੇ ਵਿੱਚ ਮੈਨੂੰ ਰਿਪੋਰਟਸ ਆਈਆਂ ਵੀ ਉਹਦੇ ਜਿੰਦਾ ਰੈਂਡਮ ਟੈਸਟ ਹੋਇਆ ਸੀ ਉਸ ਰੈਂਡਮ ਟੈਸਟ ਦੇ ਆਧਾਰ ਤੇ ਜੋ ਉਹਦੀ ਰਿਪੋਰਟ ਆਈ ਹੈ ਕੱਲ੍ਹ ਦੇਰ ਰਾਤੀ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਪੋਜ਼ਿਟਿਵ ਆਇਆ ਤੇ ਇਹ ਪਿੰਡ ਦੇ ਵਿੱਚ ਹੀ ਸੀ ਤੇ ਉਹਨੇ ਪ੍ਰੋਪਰ ਇਹ ਵੀ ਟੀਮ ਪਹੁੰਚ ਰਹੀ ਹੈਲਥ ਡਿਪਾਰਟਮੈਂਟ ਦੀ ਤੇ ਇਹਨੂੰ ਮੁਕਤਸਰ ਹੁਣ ਲੈਂਦਾ ਜਾ ਰਿਹਾ। ਰੋਹਿਤ ਜੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਾਲਾਤ ਕੀ ਨੇ ਕਿਉਂਕਿ ਪੂਰੇ ਪੰਜਾਬ 'ਚ ਬਹੁਤ ਸਾਰੀਆਂ ਤਸਵੀਰਾਂ ਆਈਆਂ ਮੁਕਤਸਰ ਸਾਹਿਬ ਦੇ ਕੀ ਹਾਲਾਤ ਨੇ ਜੀ? ਮੁਕਤਸਰ ਹਾਲਾਤ ਹੈ ਜੀ ਕਿਉਂਕਿ 65 ਕੇਸ ਮਤਲਬ ਮੁਕਤਸਰ ਜ਼ਿਲ੍ਹੇ ਦੇ ਵਿੱਚ ਆਏ ਸੀ ਤੇ ਉਹ 65 ਕੇਸਾਂ ਦੇ ਵਿੱਚੋਂ ਕੱਲ੍ਹ ਸ਼ਾਮ ਨੂੰ ਤਕਰੀਬਨ ਸਾਰੇ ਮਰੀਜ਼ਾਂ ਨੂੰ ਛੁੱਟੀ ਮਿਲ ਗਈ ਸੀ ਜੋ ਰੂਟੀਨ ਦਾ ਜੋ ਸਿਸਟਮ ਸੀ ਹੈਲਥ ਡਿਪਾਰਟਮੈਂਟ ਦੇ ਹਿਸਾਬ ਨਾਲ ਜੋ ਗਾਈਡਲਾਈਨਸ ਦੇ ਹਿਸਾਬ ਨਾਲ ਜੋ ਟਾਈਮ ਪੀਰੀਅਡ ਪੂਰਾ ਹੋਇਆ ਰਿਪੋਰਟ ਉਹਨਾਂ ਦੀ ਨੈਗੇਟਿਵ ਆਈ ਕੱਲ੍ਹ ਸ਼ਾਮ ਨੂੰ ਮੁਕਤਸਰ ਜ਼ਿਲ੍ਹਾ ਕਰੋਨਾ ਫ੍ਰੀ ਹੋ ਗਿਆ ਕਰੋਨਾ ਮੁਕਤ ਹੋ ਗਿਆ ਸੀ ਪਰ ਬਦਕਿਸਮਤੀ ਨਾਲ ਅੱਜ ਫਿਰ ਇਹ ਕੇਸ ਆ ਗਿਆ ਤੋ ਕੱਲ੍ਹ ਜੋ ਡ੍ਰੀਮ ਜ਼ੋਨ ਦੇ ਵਿੱਚ ਹਾਲਾਤ ਬਣ ਗਏ ਸੀ ਅੱਜ ਫਿਰ ਦੁਬਾਰਾ ਮੁਕਤਸਰ ਦੇ ਵਿੱਚ ਹੁੰਦੀ ਕਰੋਨਾ ਦੀ ਐਂਟਰੀ। ਬਾਕੀ ਆਵਾਜਾਈ ਦੁਕਾਨਾਂ ਸੋਸ਼ਲ ਡਿਸਟੈਂਸਿੰਗ ਕੀ ਉਹ ਮੇਨਟੇਨ ਹੋ ਰਿਹਾ 7 ਤੋਂ 7 ਦਾ ਜਿਹੜਾ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਲੋਕ ਉਹਨਾਂ ਨਹੀਂ ਹੋ ਪਾ ਰਿਹਾ ਉਹਨਾਂ ਨਹੀਂ ਹੋ ਪਾ ਰਿਹਾ ਜਿੰਨਾ ਕੋ ਮਤਲਬ ਜਿਹਾ ਗਵਰਨਮੈਂਟ ਦੀ ਗਾਈਡਲਾਈਨਸ ਹੈਗੀ ਉਹ ਮਿਲਦਾ ਉਹ ਕਿਸੇ ਪਾਸੇ ਵੀ ਨਹੀਂ ਹੋ ਪਾ ਰਿਹਾ। ਇਹ ਬੜੀ ਚਿੰਤਾ ਦਾ ਵਿਸ਼ਾ ਹੈ ਵੀ ਚਾਹੇ ਅਸੀਂ ਲੋਕ ਆਪ ਹਰ ਪਾਸੇ ਪ੍ਰਸ਼ਾਸਨ ਵੀ ਨਹੀਂ ਪਹੁੰਚ ਪਾਉਂਦਾ ਸੋ ਇਹ ਤਾਂ ਡਿਊਟੀ ਹਰ ਬੰਦੇ ਨੂੰ ਸਮਝਣੀ ਪੈਣੀ ਹੈ ਸੋ ਉਹ ਹਾਲਾਤ ਤਾਂ ਹਲੇ ਤੱਕ ਨਹੀਂ ਬਣ ਪਾ ਰਹੇ ਕਿਉਂਕਿ ਲੋਕ ਖੁਦ ਹੀ ਅਵੇਅਰ ਨਹੀਂ ਹੈਗੇ ਉਵੇਂ ਹੀ ਆਵਾਜਾਈ ਹੈ ਨਾ ਕੋਈ ਪ੍ਰੋਪਰ ਸੋਸ਼ਲ ਡਿਸਟੈਂਸ ਦੀ ਮੇਨਟੇਨੈਂਸ ਹੋ ਰਹੀ ਹੈ ਨਾ ਹੀ ਕੋਈ ਪ੍ਰੋਪਰ ਮਾਸਕ ਜਾਂ ਡਿਸਟੈਂਸ ਨੂੰ ਵਿਖਵਾ ਰਹੀ ਹੈ ਸੋ ਹਾਲਾਤ ਮਤਲਬ ਕੋਈ ਜ਼ਿਆਦਾ ਜੋ ਰੂਲਸ ਬੰਦੇ ਆ ਉਹ ਰੂਲਸ ਉਸ ਤਰ੍ਹਾਂ ਫੋਲੋ ਨਹੀਂ ਹੋ ਪਾ ਰਹੇ ਹੈ। ਆਰਥਿਕ ਤੌਰ ਤੇ ਕੀ ਹਾਲਾਤ ਨੇ ਤੁਹਾਡੀ ਲੋਕਾਂ ਨਾਲ ਗੱਲਬਾਤ ਹੁੰਦੀ ਹੋਊਗੀ ਤੁਸੀਂ ਫੀਲਡ ਤੇ ਜਾਂਦੇ ਹੋਵੋਗੇ ਲੋਕ ਆਰਥਿਕ ਤੌਰ ਤੇ ਜਿਵੇਂ ਉਮੀਦਾਂ ਸੀ ਉਸ ਲੈਵਲ ਦਾ ਕੰਮ ਤਾਂ ਨਹੀਂ ਨਿਕਲਿਆ ਬਾਜ਼ਾਰਾਂ ਦੇ ਵਿੱਚ ਬਾਜ਼ਾਰਾਂ ਦੇ ਜੋ ਹਾਲਾਤ ਨੇ ਤਾਂ ਮੈਂ ਕਾਫੀ ਮੈਂ ਸ਼ਾਪ ਤੇ ਜਾ ਕੇ ਵੀ ਆਇਆ ਤਾਂ ਜੋ ਹਾਲਾਤ ਦਿਖ ਰਹੇ ਹੈ ਤਾਂ ਨੋਰਮਲੀ ਕਸਟਮਰ ਹੈ ਬਟ ਕੋਈ ਜ਼ਿਆਦਾ ਕਸਟਮਰ ਨਹੀਂ ਪੈ ਰਿਹਾ ਲੋਕ ਵੀ ਹਲੇ ਬਹੁਤ ਘੱਟ ਬਾਹਰ ਆ ਰਹੇ ਹੈ ਉਹਦੇ ਵਿੱਚ ਇੱਕ ਰੀਜ਼ਨ ਇਹ ਵੀ ਹੈ ਕਿ ਪਿੰਡਾਂ ਦੇ ਵਿੱਚੋਂ ਇਹ ਬੱਸਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ ਸੋ ਜੋ ਪਿੰਡੂ ਗਾਹਕ ਹੈ ਉਹ ਵੀ ਸ਼ਹਿਰਾਂ ਵਿੱਚ ਨਹੀਂ ਆ ਰਿਹਾ ਉਹਦੇ ਨਾਲ ਵੀ ਕਾਰੋਬਾਰ ਦਾ ਅਸਰ ਹੈ ਇੱਕ ਵੈਸੇ ਵੀ ਥੋੜਾ ਲੋਕਾਂ ਵਿੱਚ ਡਰ ਵੀ ਹੈ ਹਲੇ ਸ਼ਾਪਸ ਤੇ ਉਹਨਾਂ ਰਸ਼ ਨਹੀਂ ਪੈ ਰਿਹਾ ਦੁਕਾਨਦਾਰ ਵੀ ਬੜੇ ਪਰੇਸ਼ਾਨ ਹੈ ਪਿਛਲੇ 5 ਦਿਨ ਤੋਂ ਜੋ ਉਹਦੀ ਮਾਰਕੀਟ ਖੁੱਲੀ ਹੈ ਪਰ ਖੁੱਲਣ ਤੋਂ ਬਾਅਦ ਵੀ ਹਾਲਾਤ ਕੋਈ ਇੰਨੇ ਵਧੀਆ ਬੈਟਰ ਨਹੀਂ ਦਿਖ ਰਹੇ ਹੈ ਸੋ ਆਰਥਿਕ ਹਾਲਾਤ ਇੰਨੇ ਚੰਗੇ ਨਹੀਂ ਹੈ। ਲੋਕ ਮਾਸਕ ਵਗੈਰਾ ਪਾ ਰਹੇ ਆ ਜੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕਿਉਂਕਿ ਖਾਸ ਤੌਰ ਤੇ ਮਲੋਟ ਆਉਂਦਾ ਹੈ ਗਿੱਦੜਵਾ ਸ਼ਹਿਰ ਆਉਂਦਾ ਹੈ ਦੋ ਵੱਡੇ ਸ਼ਹਿਰ ਇਹ ਆ ਜਾਂਦੇ ਆ ਮੁਕਤਸਰ ਆਪ ਸ਼ਹਿਰ ਆ ਜਾਂਦਾ ਹੈ ਪਿੰਡ ਬਹੁਤ ਨੇ ਮੁਕਤਸਰ ਸਾਹਿਬ ਦੇ ਵਿੱਚ ਲੋਕ ਮਾਸਕ ਸੈਨੇਟਾਈਜ਼ਰ ਇਹ ਵਰਤ ਰਹੇ ਆ ਉਹਨਾਂ ਨਹੀਂ ਮਤਲਬ ਜਦੋਂ ਦਾ ਗਵਰਨਮੈਂਟ ਦਾ ਇਹ ਡਰ ਹੁੰਦਾ ਜਿਵੇਂ ਕੁਛ ਗਾਈਡਲਾਈਨਸ ਆਈਆਂ ਜੋ ਤੁਸੀਂ ਮਾਸਕ ਨਹੀਂ ਪਾਉਂਦੇ ਤਾਂ ਤੁਹਾਡੇ ਤੇ ਜੁਰਮਾਨਾ ਹੋਏਗਾ ਤਾਂ ਉਹ ਡਰ ਦੇ ਨਾਲ ਤਾਂ ਚੀਜ਼ਾਂ ਹੋ ਰਹੀਆਂ ਪਰ ਇੱਕ ਆਪਦੀ ਜੋ ਆਪਾਂ ਡਿਊਟੀ ਹੁੰਦੀ ਆ ਆਪਾਂ ਉਹ ਡਿਊਟੀ ਵਾਈਜ਼ ਚੀਜ਼ਾਂ ਨਹੀਂ ਹੋ ਰਹੀਆਂ ਚਾਹੇ ਉਹ ਮਾਸਕ ਹੈ ਚਾਹੇ ਸੈਨੀਟਾਈਜ਼ਰ ਹੈ ਤਾਂ ਇਹ ਡਰ ਦੇ ਨਾਲ ਚੀਜ਼ਾਂ ਹੋ ਰਹੀਆਂ ਹਾਲੇ ਆਪਾਂ ਇਸ ਚੀਜ਼ ਨੂੰ ਆਪਦੇ ਆਪ ਤੇ ਨਹੀਂ ਕਰ ਰਹੇ ਪਾ ਰਹੇ ਲਾਗੂ ਉਹ ਹਾਲਾਤ ਵਿਖ ਰਹੇ ਹੈ ਜਦੋਂ ਉਹ ਲੜਦਾ ਵੀ ਰੋਡ ਤੇ ਜਾ ਰਹੇ ਤੇ ਪੁਲਿਸ ਖੜੀ ਹੈ ਤਾਂ ਉਸ ਟਾਈਮ ਦਾ ਮਾਸਕ ਨਾਲ ਨਾਲ ਪੈ ਜਾਂਦਾ ਹੈ ਪਰ ਓਵਰਆਲ ਮੈਂ ਦੇਖੀ ਤਾਂ ਓਵਰਆਲ ਲੋਕਾਂ 'ਚ ਹਜੇ ਉਨੀ ਅਵੇਅਰਨੈਸ ਵੇਖਣ ਨੂੰ ਨਹੀਂ ਮਿਲਦੀ ਕਾਫੀ ਸੁਧਾਰ ਤਾਂ ਹੈਗਾ ਬਟ ਉਹਨਾਂ ਨੇ ਜਿੰਨਾ ਸੁਧਾਰ ਹੋਣਾ ਚਾਹੀਦਾ ਪਰ ਲੋਕ ਤਾਂ ਸ਼ਾਇਦ ਇਹ ਸੋਚ ਰਹੇ ਵੀ ਸ਼ਾਇਦ ਕਰੋਨਾ ਚੱਲਾ ਹੀ ਗਿਆ
बड़ा एक हादसे की गल है, लोग इस तरह ही आज आप जो बाजार खोल रहे, लोग समझ रहे हैं भी शायद सारे हालात नॉर्मल हो चुके हैं। इसके लिए ना तो कोई बैंकों में इस चीज की हो रही है, गवर्नमेंट ऑफिस चले ना उत्ते हो पा रही है, ये बड़ी बड़ी प्रॉब्लम सामने आ रही है भी लोग जो सोशल वाला फंड है वो तो बिल्कुल भी नहीं हो पा रहा। बैंक के बाहर कैसे हालात ने, बैंक जो खुलते उन्होंने बाहर कैसे हालात होंगे? हालात मतलब कल मैंने पोस्ट ऑफिस को एक फोन आया तो पोस्ट ऑफिस के भी उम्मीद भीड़ है, कोई उत्थे ना तो बैंक ना तो उन्होंने इन्हें इंप्लाईज है ना तो वो आप इस चीज़ को इन्ना कैप कह रहे हैं ना ही अवेयर कर रहे हैं। तो बैंकों के बाहर भी चाहे जितने भी चले जी आप उस तरह चीजा उन्हें ही मेनटेन, शॉप्स में तो फिर भी मेनटेन हो रही है भी शॉपकीपर आपकी सेफ्टी में लैके कह देता भी नहीं यार मैं इस चीज़ को ही मेनटेन करना है, पर गवर्नमेंट ऑफिस या बैंक है उन्होंने कोई भी चीजा की मतलब जो हालात विक रहे कोई इन्हें ज्यादा चिट्ठे नहीं विक रहे। जैसे स्टार्टिंग में जो ये हालात शुरू हुए थे उस टाइम तो बैंक वाले बेंच के बाहर गोल गोल चक्कर भी लाए तो एक मॉडल भी पेश किया, बट उस तो बाद जो तो हूँ चीजा हो रही आम तौर पर हो रही तो हूँ वो चीजा नहीं हो पा रही। पर इन मेन पॉइंट सिमरन जी ये है भी लोग अपनी ड्यूटी नहीं उस तरह निभा रहे, लोगों का भी एक फर्ज बनता है भी हर चीज जरूरी नहीं है भी हर पास ना तो पुलिस वाले ने मुलाजम हटे भी हर पास पुलिस बंदे ले जा सके तो ना ही हर कोई बैंक में जिन्हें मुलाजम है तो लोगों को समझा सकते कि लोगों को आप समझना पड़ेगा पैदल तुर के बिहार या यूपी लेबर सी मतलब काफी ज्यादातर लेबर ना जी इतने कोई बिजली इना इंडस्ट्री इतने तो है नहीं है ज्यादा लेबर कोई स्वीट ऑफ हाउस से लगे हुए थे कोई किसी होर लगे ज्यादातर लेबर उस तरह की थी सो पर वो जो पैदल वाला सिस्टम से वो बहुत घट थी क्योंकि जिन्हें भी स्ट्रीट हाउस वाले से या कोई होर किसी होटल में लगे हुए क्योंकि इतनी इंडस्ट्री तो इन्नी है नहीं तो उन्होंने आते व्हीकल्स राही या कोई बसा गई या कोई ट्रेन गई उस राही ज्यादा नहीं है। बिल्कुल बहुत धन्यवाद साढ़े नाल गलबात करने वास्ते जुड़न वास्ते। सो माणीखेड़ा का सी आई एस एफ का जवान 32 साल उम्र 15 तरीक न जो आया से वह पॉजिटिव पाया गया मुक्तसर साहब जिला जो करोना मुक्त होया सी एक बार फिर तो उत्थे एक केस पॉजिटिव आया। आस करते हैं कि भी ठीक होकर जल्द वापस जाएंगे पर इन्हां दे परिवारक मैंबरां नूं जिन्हां जिन्हां दे संपर्क दे विच आए आ उन्हां नूं क्वारंटाइन किया गया उन्हां दे सैंपल ले जा रहे ऐसी खबर आ रही है। बड़ा इंपॉर्टेंट पॉइंट एक डिस्कस ये होया कि व्यापार के तौर पर जो लोग तरलो मच्छी सीगे कि काम खुलन क्योंकि लोगों के काम जिहड़े बंद सीगे तो आर्थिक तौर पर लोग बड़े परेशान हो रहे सी क्योंकि बसा नहीं अजे प्रॉपर चल रही अजे पिंडा तो रूट नहीं शुरू होए तो पिंडा तो जिहड़ा गाहक है वह शहर वाल नहीं आ रहा तो इस करके एक आर्थिक मंदी का दौर भी है। करोना के वेरियस इंपैक्ट्स चो एक इंपैक्ट ये भी है, पॉजिटिव केसेस ठीक हो रहे हैं नैगेटिव जा रहे हैं घर लोग वापस जा रहे हैं करोना मुक्त भी हो गया सी हुण फिर पॉजिटिव है तो आस करते हैं फिर ये नैगेटिव हो जाना है। पर वड्डी दिक्कत यह है कि लोगों के सर्वाइवल की जिहड़ी कहानी है उसनू बयान करना बहुत जरूरी ते लाजमी है। फिलहाल इस पेशकश च इन्ना ही खबरां लैके हाजिर होंदे रहांगे, देखते रहो।